ਅੱਜ ਦਾ ਇਹ ਜਿਹੜਾ ਪ੍ਰੋਗਰਾਮ ਗ੍ਰੈਂਡ ਟੂਰਨਾਮੈਂਟ ਦਾ ਰੱਖਿਆ ਗਿਆ, ਮਾਣਯੋਗ ਉਸਤਾਦ ਲੋਕ ਜਿਹੜੇ ਕਿ ਪਟਿਆਲਾ ਤੋਂ ਡਾਕਟਰ ਅਸ਼ੋਕ ਜੀ ਅਤੇ ਸ੍ਰੀਨਗਰ ਤੋਂ ਸ਼ੇਰਗੁਲ ਜੀ ਔਰ ਉਹਨਾਂ ਦੀ ਟੀਮ, ਮੈਂ ਇਹਨਾਂ ਦਾ ਤਹਿ ਦਿਲ ਨਾਲ ਆਰ ਐਸ ਪੂਰਾ ਦੀ ਧਰਤੀ 'ਤੇ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਔਰ ਪੰਡਾਲ 'ਚ ਬੈਠੇ ਮੇਰੇ ਤੋਂ ਛੋਟੇ, ਮੇਰੇ ਹਮ ਉਮਰ ਮੇਰੇ ਤੋਂ ਵੱਡੇ, ਜਿਨ੍ਹਾਂ ਨੇ ਇਸ ਗ੍ਰੈਂਡ ਟੂਰਨਾਮੈਂਟ ਨੂੰ ਆਪਣਾ ਟਾਈਮ ਦਿੱਤਾ, ਉਹਨਾਂ ਦਾ ਵੀ ਮੈਂ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਨਾ। ਬਾਕੀ ਮੇਰੇ ਤੋਂ ਪਹਿਲੇ ਜੈਪਾਲ ਭਾਈ ਸਾਹਿਬ ਨੇ, ਆਪਣੇ ਵਿਸ਼ਨਾਥ ਤੋਂ ਛੋਟੂ ਭਾਅ ਜੀ ਨੇ, ਡਾਕਟਰ ਸਾਹਿਬ ਨੇ, ਸਾਡੇ ਜੰਮੂ ਦੀ ਸ਼ਾਨ ਡਾਕਟਰ ਰਾਜੀ ਜੀ ਨੇ ਬੜੇ ਵਿਸਤਾਰ ਰੂਪ ਨਾਲ ਤਕਰੀਬਨ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਰੇ ਨੇ ਸਾਂਝੀਆਂ ਕੀਤੀਆਂ। ਮੈਂ ਦੋਸਤੋ ਤੁਹਾਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਯੁਵਾ ਪੀੜ੍ਹੀ ਨੂੰ ਮੇਰਾ ਇਹ ਮੈਸੇਜ ਹੈ ਕਿ ਨਸ਼ੇ ਦੀ ਲੱਤ ਤੋਂ ਬਚਣ, ਆਪਣੇ ਮਾਂ ਪਿਓ ਦੀ ਸੇਵਾ ਕਰਨ, ਆਪਣੀ ਦੇਸ਼ ਦੀ ਸੇਵਾ ਕਰਨ, ਆਪਣੇ ਸਮਾਜ ਦੀ ਸੇਵਾ ਕਰਨ। ਇਹ ਜਿਹੜਾ ਯੁਵਾ ਪੀੜ੍ਹੀ, ਇਹ ਸਾਡੇ ਦੇਸ਼ ਦੀ ਕੱਲ੍ਹ ਹੈ ਔਰ ਆਉਣ ਵਾਲੇ ਟਾਈਮ 'ਚ ਸਾਡਾ ਜਿਹੜਾ ਜੰਗ ਯੂਥ ਨਸ਼ੇ ਦੀ ਔਰ ਭੜਕੇ ਕਰਦਾ, ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਿ ਉਸ ਲਾਈਨ 'ਤੇ ਨਾ ਜਾਣ। ਬਾਕੀ ਮਾਣਯੋਗ ਜਿਹੜੇ ਉਸਤਾਦ ਲੋਕ ਆਏ ਦਿਨ, ਮੈਂ ਇਹਨਾਂ ਦਾ ਆਪਣੀ ਦਿਲ ਦੀ ਕਰਾਈ ਨਾਲ ਇੱਕ ਵਾਰ ਫਿਰ ਧੰਨਵਾਦ ਕਰਨਾ। ਹੁਣ ਕਾਫੀ ਟਾਈਮ ਹੋ ਗਿਆ ਅਤੇ ਜਿਹੜੀ ਅੱਸੀ ਵਾਲੀ ਟੂਰਨਾਮੈਂਟ ਹੈ ਉਹ ਵੀ ਅਸੀਂ ਕਰਵਾਉਣੀ ਆ। ਗ੍ਰੈਂਡ ਟੂਰਨਾਮੈਂਟ ਜਿਹੜੀ ਹੈ ਨੈਕਸਟ ਟਾਈਮ ਹੋਏਗੀ, ਉਹ ਬਹੁਤ ਵੱਡੀ ਹੋਣ ਵਾਲੀ ਹੈ। ਇਹ ਗ੍ਰੈਂਡ ਟੂਰਨਾਮੈਂਟ ਤਾਂ ਸਫਲ ਹੋਏਗੀ ਤੁਹਾਡੇ ਸਾਰਿਆਂ ਦਾ ਪਿਆਰ, ਆਸ਼ੀਰਵਾਦ, ਸਹਿਯੋਗ ਨਾਲ, ਜਿਸ ਤਰ੍ਹਾਂ ਕਿ ਹੁਣ ਹੋਈ ਹੈ। ਦੋਸਤੋ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਜਿੰਨੀ ਦੇਰ ਤੱਕ ਬਾਕੀ ਸਾਥੀਆਂ ਦਾ ਸਹਿਯੋਗ ਨਾ ਹੋਏ। ਸਾਨੂੰ ਕਿਸੇ ਨੇ ਸਪੋਂਸਰ ਨਹੀਂ ਕੀਤਾ, ਮੇਰਾ ਕਲੱਬ ਹੀ ਮੇਰਾ ਸਪੋਂਸਰ ਹੈ। ਜਿੰਨੇ ਵੀ ਮੇਰੇ ਭਰਾ ਮੇਰੇ ਕੰਧੇ ਨਾਲ ਕੰਧਾ ਬੁਲਾ ਕੇ ਸ਼ਾਨਾ ਬਿਸ਼ਾਨਾ ਖੜ੍ਹੇ ਹੋਏ, ਮੈਂ ਉਹਨਾਂ ਦਾ ਵੀ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਨਾ ਤਾਂ ਕਿ ਆਉਣ ਵਾਲੇ ਟਾਈਮ 'ਚ ਇੱਕ ਕਬੂਤਰਬਾਜ਼ੀ ਦੇ ਸ਼ੌਂਕ ਨੂੰ ਅਸੀਂ ਬਹੁਤ ਉੱਪਰ ਲੈ ਕੇ ਜਾਈਏ। ਮੇਰੇ ਤੋਂ ਸੀਨੀਅਰ ਮੇਰੇ ਭਰਾ ਮੰਚ 'ਤੇ ਬੈਠੇ ਨੇ, ਇਹਨਾਂ ਦਾ ਵੀ ਇਸ ਕਲੱਬ ਨੂੰ ਬੜਾ ਵੱਡਾ ਆਸ਼ੀਰਵਾਦ ਹੈ ਤਾਂ ਕਿ ਆਉਣ ਵਾਲੇ ਟਾਈਮ 'ਚ ਇਹ ਸ਼ੌਂਕ ਅਸੀਂ ਬੜਾ ਤਗੜਾ ਕਰਕੇ ਕਰੀਏ। ਬਾਕੀ ਮੈਂ ਇਹੋ ਇੱਕ ਵਾਰ ਤੁਹਾਨੂੰ ਫਿਰ ਵਰਲਡ ਕੱਪ ਦੀ ਵੀ ਮੁਬਾਰਕਾਂ ਦਿੰਦਾ, ਜਿਹੜਾ ਕਿ ਕੱਲ੍ਹ ਵਰਲਡ ਕੱਪ ਹੋਇਆ। ਦੂਸਰਾ ਵਰਲਡ ਕੱਪ ਜਿਹੜਾ ਫਿਰ ਟੂਰਨਾਮੈਂਟ ਦਾ ਹੋਇਆ ਉਹ ਸਾਡੇ ਹਾਕੀ ਜੀ ਨੇ ਜਿੱਤਿਆ, ਇਹ ਵੀ ਇੱਕ ਇਤਿਹਾਸਿਕ ਜੀਤ ਹੋਏਗੀ। ਇੱਕ ਤਾਂ ਵਰਲਡ ਕੱਪ ਬਾਹਰੋਂ ਫੋਰਨ 'ਚ ਦਸਤਾਨ 'ਚ ਆਇਆ ਔਰ ਦੂਸਰਾ ਆਰ ਐਸ ਪੂਰਾ 'ਚ ਵਰਲਡ ਕੱਪ ਉੱਥੋਂ ਜਿਹਨੇ ਜਾ ਰਿਹਾ। ਦੋਸਤੋ, ਮੇਰਾ ਕਹਿਣ ਦਾ ਇਹ ਭਾਵ ਹੈ ਕਿ ਪਿਆਰ ਬਹੁਤ ਵੱਡੀ ਚੀਜ਼ ਹੈ, ਪਿਆਰ ਨਾਲ ਉਹ ਨਾਸੂਰ ਜ਼ਖਮ ਭਰੇ ਜਾਂਦੇ ਨੇ ਕਿ ਪਿਆਰ ਇੱਕ ਐਸਾ ਮਤਲਬ ਹੈ, ਨਸੂਰ ਨੂੰ ਨਸੂਰ ਜ਼ਖਮ ਵੀ ਠੀਕ ਹੋ ਜਾਂਦੇ ਨੇ। ਅਤੇ ਜਿਤਨੇ ਵੀ ਮੇਰੇ ਭਰਾ ਪੰਡਾਲ 'ਚ ਬੈਠੇ ਨੇ, ਲੰਗਰ ਪਾਣੀ ਦੀ ਵਿਵਸਥਾ ਰੱਖੀ ਗਈ ਹੈ, ਮੇਰਾ ਭਰਾ ਕੋਈ ਇਸ ਤਰ੍ਹਾਂ ਨਾ ਜਾਏ, ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦੇਣਾ। ਔਰ ਇੱਕ ਵਾਰ ਪੁਣੇ ਫਿਰ ਜਿੰਨੇ ਉਸਤਾਦ ਲੋਕ ਆਏ, ਜਿੰਨੇ ਪੰਡਾਲ 'ਚ ਬੈਠੇ ਨੇ, ਮੇਰੇ ਭਰਾ ਨੇ ਆਪਣਾ ਕੀਮਤੀ ਟਾਈਮ ਦਿੱਤਾ, ਦਿਲ ਨਾਲ ਬਹੁਤ ਬਹੁਤ ਸ਼ੁਕਰੀਆ।
ਸ਼ੁਕਰੀਆ ਅਦਾ ਕਰਨਾ। ਭਾਰਤ ਮਾਤਾ ਕੀ ਜੈ।